ਸਤਿ ਸ਼੍ਰੀ ਅਕਾਲ ਜੀ, ਜੈ ਹਿੰਦ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਇੱਕ ਛੋਟਾ ਜਿਹਾ ਸੁਝਾਅ ਮਨ ਦੇ ਵਿੱਚ ਸੀਗਾ, ਸੋਚਿਆ ਸਾਂਝਾ ਕਰ ਲਈਏ। ਅਸੀਂ ਰਾਤ, ਮੈਂ ਤੇ ਮੇਰਾ ਦੋਸਤ ਬੱਬੀ ਬਾਈ ਨਾਲ ਬੈਠਾ ਸੀ, ਜਾ ਰਹੇ ਸੀਗੇ ਡਿਊਟੀ ਤੋਂ। ਅਚਾਨਕ ਸਾਡੇ ਮੂਹਰੇ ਨਾ ਇੱਕ ਐਕਸੀਡੈਂਟ ਹੋਇਆ ਪਿਆ ਸੀਗਾ, ਮੌੜਾ ਪਿੰਡ ਪੈਂਦਾ ਸੰਗਰੂਰ ਜ਼ਿਲ੍ਹੇ 'ਚ। ਜਦੋਂ ਅਸੀਂ ਜਾ ਕੇ ਦੇਖਿਆ ਉੱਥੇ, ਬਾਈ ਕੀ ਆ, ਕਹਿੰਦੇ ਬਾਈ ਜੀ ਐਕਸੀਡੈਂਟ ਹੋ ਗਿਆ ਸੀਗਾ, ਬੰਦੇ ਠੀਕ ਨੇ? ਕਹਿੰਦੇ ਹਾਂ ਬਾਈ, ਠੀਕ ਆ ਬੰਦਾ। ਤੇ ਉਹ ਬੰਦਾ ਪਿਆ ਸੀਗਾ ਫੁੱਟਪਾਥ ਤੇ, ਉਹਨਾਂ ਰੱਖ ਰੱਖਦੇ। ਮੈਂ ਬਾਈ ਕੋਈ ਚੱਕੋ ਯਾਰ ਬੰਦਾ, ਆਪਾਂ ਲੈ ਕੇ ਚੱਲੀਏ। ਕਹਿੰਦੇ ਬਾਈ ਜੀ, ਅਸੀਂ ਐਂਬੂਲੈਂਸ ਨੂੰ ਫੋਨ ਕਰਤਾ ਵੀ ਐਂਬੂਲੈਂਸ ਆ ਰਹੀ ਹੈ। ਮੈਂ ਵੀਰੇ, ਜਦੋਂ ਐਂਬੂਲੈਂਸ ਆਉ ਯਾਰ, ਬੰਦੇ ਦੇ ਕੰਨਾਂ 'ਚ ਖੂਨ ਆ ਰਿਹਾ, ਬੰਦਾ ਮਰ ਸਕਦਾ ਯਾਰ। ਉਹ ਕਹਿੰਦੇ ਬਾਈ ਜੀ, ਮੈਂ ਸਿਰਫ 10 ਕਿਲੋਮੀਟਰ ਉਹ ਦੜਬਾ ਐਂਬੂਲੈਂਸ ਆਉਂਦੀ ਹੈ। ਮੈਂ ਵੀਰ ਜੀ, ਕੁਛ ਨਹੀਂ ਹੁੰਦਾ, ਸਾਡਾ ਫਰਜ਼ ਬਣਦਾ ਵੀ ਮਦਦ ਕਰੀਏ। ਐਂਬੂਲੈਂਸ ਆਉਣ ਤੋਂ ਪਹਿਲਾਂ ਅਸੀਂ ਉਹਨੂੰ ਲਿਜਾ ਸਕਦੇ ਹਾਂ, ਕਿਉਂਕਿ ਉੱਥੇ ਇੱਕ ਗੱਡੀ ਖੜੀ ਸੀਗੀ ਜਾਂ ਕਿਸੇ ਨੇ ਵਿੱਚ ਬਾਈ ਨੇ ਆ ਕੇ ਖੜਾਈ। ਮੈਂ ਉਹਨਾਂ ਨੂੰ ਕਿਹਾ, ਮੈਂ ਅੰਕਲ ਜੀ ਚੱਕੋ ਪਲੀਜ਼। ਉਹ ਕਹਿੰਦਾ ਬਾਈ, ਮੈਂ ਨਹੀਂ ਚੱਕਦਾ। ਮੈਂ ਅੰਕਲ ਜੀ ਕੀ ਗੱਲ? ਕਹਿੰਦਾ ਬੇਟਾ, ਮੈਂ ਪਹਿਲਾਂ ਇਹ ਕੰਮ ਕੀਤਾ, ਮੇਰੇ ਗੱਲ ਪੈ ਗਏ ਬੰਦੇ। ਮੈਂ ਅੰਕਲ ਜੀ, ਤੁਸੀਂ ਮੇਰੇ 'ਤੇ ਗੱਲ ਛੱਡ ਦਿਓ, ਜੇ ਕੋਈ ਵੀ ਗੱਲ ਹੋਊ ਦੇਖਾਂਗੇ ਜੋ ਬਾਅਦ 'ਚ, ਪਰ ਪਲੀਜ਼ ਮੇਰੀ ਬੇਨਤੀ ਹੈ ਵੀ ਹੱਥ ਬੰਨ ਕੇ ਲੈ ਜਾਓ। ਉਹ ਅੰਕਲ ਜੀ ਨੇ ਮੇਰੀ ਬੇਨਤੀ ਕਬੂਲ ਕਰ ਲਈ। ਉੱਥੇ ਨੌਜਵਾਨ ਮੁੰਡੇ ਖੜੇ ਸੀਗੇ, ਅਸੀਂ ਉਹ ਬੰਦਾ ਗੱਡੀ 'ਚ ਪਾਇਆ ਅਤੇ ਸੰਗਰੂਰ ਹੋਸਪਿਟਲ ਭੇਜਤਾ। ਉਹਨਾਂ ਨੇ ਅੱਗੇ ਉਹ ਰੈਫਰ ਕਰਤਾ। ਹੁਣ ਉਹ ਬੰਦਾ ਹੈਗਾ ਲੁਧਿਆਣੇ ਹੋਸਪਿਟਲ 'ਚ, ਉਹਦਾ ਆਪਰੇਸ਼ਨ ਚੱਲ ਰਿਹਾ। ਵਾਹਿਗੁਰੂ ਅੱਗੇ ਜੀ ਅਰਦਾਸ ਕਰਦੇ ਹਾਂ ਕਿ ਉਹ ਬੰਦਾ ਜਿਹੜਾ ਵੀ ਬਿਲਕੁਲ ਠੀਕ ਠਾਕ ਹੋ ਜੇ, ਆਪਣੇ ਬੱਚਿਆਂ 'ਚ ਚਲਾ ਜਾਵੇ, ਤੰਦਰੁਸਤ ਹੋ ਗਏ। ਅਤੇ ਦੋਸਤੋ, ਇੱਕ ਮੇਰੀ ਬੇਨਤੀ ਹੋਰ ਹੈ ਕਿ ਤੁਸੀਂ ਡਰਿਆ ਨਾ ਕਰੋ, ਜੇ ਤੁਹਾਨੂੰ ਕਿਤੇ ਐਕਸੀਡੈਂਟ ਮਿਲਦਾ ਨਾ, ਤੁਸੀਂ ਮਦਦ ਕਰੋ। ਕਿਉਂਕਿ ਸਰਕਾਰ ਦਾ ਐਲਾਨ ਕੀਤਾ ਹੋਇਆ ਵੀ ਜਿਹੜਾ ਬੰਦਾ ਐਕਸੀਡੈਂਟ ਵਾਲੇ ਬੰਦੇ ਦੀ ਮਦਦ ਕਰੂਗਾ, ਉਹ 'ਤੇ ਕੋਈ ਕਾਰਵਾਈ ਨਹੀਂ, ਕੋਈ ਪੁਲਿਸ ਕਾਰਵਾਈ ਨਹੀਂ, ਕੋਈ ਕਾਨੂੰਨੀ ਕਾਰਵਾਈ ਨਹੀਂ ਹੋਣੀ। ਤੁਸੀਂ ਕਿਸੇ ਬੰਦੇ ਦੀ ਜਾਨ ਬਚਾ ਦੀ, ਉਹੀ ਸਭ ਤੋਂ ਵੱਡੀ ਤੁਹਾਡੀ ਕਾਰਵਾਈ ਹੈ। ਇੱਕ ਬੇਨਤੀ ਹੋਰ ਹੈ ਕਿ ਜੇਕਰ ਤੁਹਾਡੇ ਨਾਲ ਵੀ ਕਿਤੇ ਅਜਿਹੀ ਕੋਈ ਘਟਨਾ ਹੁੰਦੀ ਹੈ ਵੀ ਤੁਸੀਂ ਆਪ ਆਪਣੇ ਐਕਸੀਡੈਂਟ ਨਾਲ, ਗੱਡੀ ਨਾਲ ਕਿਤੇ ਹੋ ਗਏ, ਤੁਸੀਂ ਬਚ ਗਏ, ਦੂਜਾ ਨੁਕਸਾਨ ਹੋ ਗਿਆ, ਤੁਸੀਂ ਉਹਨੂੰ ਵੀ ਚੱਕ ਕੇ ਲੈ ਜਾਓ ਯਾਰ। ਕਿਉਂਕਿ ਇਨਸਾਨੀਅਤ ਤੋਂ ਵੱਡੀ ਚੀਜ਼ ਕੋਈ ਨਹੀਂ ਹੈਗੀ ਵੀਰੇ। ਬੇਨਤੀ ਇਹੀ ਹੈ, ਕਿਉਂਕਿ ਜੇ ਤੁਸੀਂ ਚੱਕ ਕੇ ਲੈ ਜਾਓਗੇ, ਬੰਦੇ ਅੱਗੇ ਚੰਗੇ ਨੇ ਮਾੜੇ ਨੇ, ਵਿੱਚ ਬੰਦੇ ਬਹੁਤ ਵਧੀਆ ਦਿਲ ਦੇ ਪਏ ਨੇ, ਉਹ ਵਾਲਾ ਕਹਿ ਦੋ ਯਾਰ ਆਪਣਾ ਬੰਦਾ ਪਹੁੰਚਾਦਾ ਕਰੇ, ਠੀਕ ਠਾਕ ਪਹੁੰਚਾਦਾ, ਕੋਈ ਗੱਲ ਨਹੀਂ, ਇਲਾਜ ਕਰਾ ਲਾਂਗੇ, ਸਹੀ ਹੋ ਜੂ। ਪਰ ਜਦੋਂ ਆਪਾਂ ਮਾਰ ਕੇ ਭੱਜ ਜਾਂਦੇ ਹਾਂ, ਪਤਾ ਵੀਰੇ ਹਰ ਇੱਕ ਦਾ ਲੱਗ ਜਾਂਦਾ, ਜੇ ਆਪਾਂ ਕਹੀਏ ਪਤਾ ਨਹੀਂ ਲੱਗਿਆ, ਫੜੇ ਸਾਰੇ ਜਾਂਦੇ ਨੇ, ਕਿਉਂਕਿ ਥਾਂ ਥਾਂ ਸੀਸੀ ਕੈਮਰੇ ਲੱਗੇ ਨੇ, ਹਰੇਕ ਬੰਦੇ ਕੋਲ ਮੋਬਾਈਲ ਹੈ, ਬੰਦੇ ਨਾਲ ਦੇ ਨਾਲ ਵੀਡੀਓ ਕਰ ਲੈਂਦੇ, ਮੋਬਾਈਲ ਸਾਰਾ ਕੁਝ ਪਤਾ ਲੱਗ ਜਾਂਦਾ। ਇਸ ਕਰਕੇ ਬੇਨਤੀ ਹੈ ਬਈ, ਤੁਸੀਂ ਘਬਰਾਓ ਨਾ ਡਰੋ। ਅੱਛਾ, ਤੁਸੀਂ ਜਿੱਥੇ ਖੜੇ ਹੋ, ਜੇ ਤੁਹਾਡੇ ਕੋਲ ਕੋਈ ਸਾਧਨ ਨਹੀਂ, ਤੁਸੀਂ ਮੋਟਰਸਾਈਕਲ ਤੇ ਜਾਂਦੇ ਹੋ, ਤੁਹਾਡੇ ਕੋਲ ਮਾੜਾ ਸਾਰਾ ਕੋਈ ਐਂਬੂਲੈਂਸ ਦੇ 108 ਤੇ ਫੋਨ ਮਾਰੋ, ਜਾਂ ਪੁਲਿਸ ਕੰਟਰੋਲ ਰੂਮ ਨੇ ਆਪਣੇ ਸਾਰੇ ਜ਼ਿਲ੍ਹਿਆਂ 'ਚ, ਉੱਥੇ ਫੋਨ ਮਾਰੋ। ਤੇ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਡੇ ਸੀਨੀਅਰ ਅਫਸਰਾਂ ਨੂੰ ਤੇ ਸਾਡੇ ਸਿਹਤ ਮੰਤਰੀ ਜੀ ਨੂੰ ਕਿ ਸਰ, ਪਹਿਲਾਂ ਵੀ ਇਹ ਬੋਰਡ ਲੱਗੇ ਹੋਏ ਸੀਗੇ, ਸ਼ਾਇਦ ਹੁਣ ਕਿਤੇ ਨਜ਼ਰ ਨਹੀਂ ਆ ਰਹੇ। ਹੁਣ ਸਰ ਬੇਨਤੀ ਹੈ ਕਿ ਆਪਣੇ ਆਪਣੇ ਸਾਰੇ ਮੈਡੀਕਲ ਅਫਸਰਾਂ ਨੂੰ ਤੁਸੀਂ ਮੈਸੇਜ ਲਾਓ ਕਿ ਆਪਣੇ ਸਰਕਾਰੀ ਅਫਸਰਾਂ ਦੇ ਬਾਹਰਲੇ ਪਾਸੇ ਤੇ ਜਨਤਕ ਥਾਵਾਂ ਤੇ ਬੋਰਡ ਲਾਓ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ। ਕਿਉਂਕਿ ਲੋਕਾਂ ਦੇ ਮਨ 'ਚ ਇਹ ਡਰ ਹੈ ਵੀ ਯਾਰ, ਜੇ ਅਸੀਂ ਬੰਦਾ ਚੱਕ ਰਿਹਾ, ਸਾਡੇ 'ਤੇ ਕੋਈ ਕਾਰਵਾਈ ਨਾ ਹੋ ਜੇ। ਇਸ ਲਈ ਸਰ ਬੇਨਤੀ ਹੈ, ਤੁਸੀਂ ਇਹ ਕੰਮ ਕਰਾ ਦਿਓ, ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਆਉਣ ਵਾਲੇ ਟਾਈਮ 'ਚ ਹਰ ਇੱਕ ਬੰਦੇ ਮਦਦ ਹੋ ਸਕੇ। ਕਿਉਂਕਿ ਜਿਹੜੀਆਂ ਐਕਸੀਡੈਂਟ ਦੀਆਂ ਘਟਨਾਵਾਂ ਨੇ ਸਰ, ਦਿਨੋ ਦਿਨ ਬਹੁਤ ਵੱਧਦੀਆਂ ਜਾ ਰਹੀਆਂ ਨੇ, ਕਾਹਲੀ ਹਰੇਕ ਬੰਦੇ ਨੂੰ, ਕੰਮ ਕਿਸੇ ਨੂੰ ਨਹੀਂ। ਇਸ ਕਰਕੇ ਬੰਦਾ ਹਰ ਟਾਈਮ ਡਿਪਰੈਸ਼ਨ 'ਚ ਰਹਿੰਦਾ ਹੈ, ਕਿਤੇ ਨਾ ਕਿਤੇ ਕੋਈ ਘਟਨਾ ਅਚਾਨਕ ਵਾਪਰ ਜਾਂਦੀ ਹੈ। ਤੇ ਸਰ, ਪਲੀਜ਼ ਰਿਕੁਐਸਟ ਹੈ ਵੀ ਤੁਸੀਂ ਸਾਡੀ ਬੇਨਤੀ ਕਬੂਲ ਕਰੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ।